ਦਲਜੀਤ ਸਿੰਘ ਚੀਮਾ ਨੇ ਪਠਾਨਕੋਟ ਏਅਰਬੇਸ 'ਚ ਹੋਏ ਹਮਲੇ 'ਤੇ ਦਿਗਵਿਜੇ ਸਿੰਘ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਮੌਕੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ ਬਲਕਿ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ। ਦੱਸ ਦੇ ਕਿ ਦਿਗਵਿਜੇ ਸਿੰਘ ਨੇ ਇਸ ਤੋਂ ਪਹਿਲਾਂ ਪਠਾਨਕੋਟ ਹਮਲੇ ਨੂੰ ਲੈ ਕੇ ਟਵੀਟ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਸੀ। ਦੇਖੋ ਜੇ ਉਹਨਾਂ ਕੋਲ ਜੇ ਕੋਈ ਉਹਨਾਂ ਕੋਲ ਫੈਕਟ ਹੈ ਤਾਂ ਉਹਨਾਂ ਨੂੰ ਅੱਗੇ ਆ ਕੇ ਉਹ ਦੇਣੇ ਚਾਹੀਦੇ। ਜਿਹੜੀ ਇਕੱਲੀ ਸਟੇਟਮੈਂਟ ਦੇ ਦੇਣੀ ਤਾਂ ਸੌਖਾ ਕੰਮ ਹੈ ਅਖਬਾਰਾਂ ਦੇ ਵਿੱਚ ਜਦੋਂ ਕੋਈ ਇਸ਼ੂ ਚੱਲ ਰਿਹਾ ਹੁੰਦਾ ਉਹਦੇ 'ਤੇ ਤੁਸੀਂ ਜੇ ਉਹਨਾਂ ਦੇ ਵਾਕਈ ਕੋਈ ਉਹਨਾਂ ਕੋਲ ਪਰੂਫ ਹੈ ਤਾਂ ਉਹਨਾਂ ਨੂੰ ਜਿਹੜੇ ਆ ਉਹ ਲੈ ਕੇ ਦੇਸ਼ ਦੇ ਸਾਹਮਣੇ ਆਉਣਾ ਚਾਹੀਦਾ ਹੈ। ਇਹਦੇ ਚੀਜ਼ਾਂ ਦੀ ਲੋੜ ਹੈ ਲੇਕਿਨ ਇਕੱਲੀ ਰਾਜਨੀਤੀ ਇਸ ਇਸ਼ੂ 'ਤੇ ਨਹੀਂ ਕਰਨੀ ਚਾਹੀਦੀ। ਆਲਰੇਡੀ ਜਦੋਂ ਕੰਟਰੀ ਦੇ ਉੱਤੇ ਕੋਈ ਵਿਦੇਸ਼ੀ ਤਾਕਤਾਂ ਜਿਹੜੀਆਂ ਹੈਗੀਆਂ ਉਹ ਕੰਟਰੀ ਦੇ ਉੱਤੇ ਕੋਈ ਟੈਰਿਸਟ ਹਮਲਾ ਕਰਦੀਆਂ ਕੁਛ ਕਰਦੀਆਂ ਉਸ ਵੇਲੇ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਵੇਲੇ ਨੈਸ਼ਨਲ ਇੰਟਰਸਟ ਦੇ ਵਿੱਚ ਬੇਲੋੜੀ ਬਿਆਨਬਾਜ਼ੀ ਕਰਨ ਦੀ ਬਜਾਏ ਉਸ ਵੇਲੇ ਸਿਕਿਉਰਿਟੀ ਫੋਰਸ ਦੇ ਨਾਲ ਇੱਕਮਤ ਹੋ ਕੇ ਸਾਨੂੰ ਖੜ੍ਹਨਾ ਚਾਹੀਦਾ। ਪਹਿਲਾਂ ਜਿਹੜੇ ਖਤਰੇ ਆ ਉਹਦਾ ਮੁਕਾਬਲਾ ਕਰਨਾ ਚਾਹੀਦਾ, ਫਿਰ ਅੰਦਰ ਬੈਠ ਕੇ ਬਾਕੀ ਗੱਲ ਸੋਚਣੀ। ਦੇਖੋ ਓਪਰੇਸ਼ਨ ਜਦੋਂ ਖਤਮ ਹੋਏਗਾ ਤਾਂ ਉਹਦੀ ਡਿਟੇਲ ਜਿਹੜੀਆਂ ਉਸ ਤੋਂ ਬਾਅਦ ਨੈਚੁਰਲੀ ਹੈ ਆਰਮੀ ਏਅਰ ਫੋਰਸ ਵੱਲੋਂ ਦਿੱਤੀ ਜਾਣੀ। ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਹੋ ਸਕਦੀਆਂ, ਟੈਕਨੀਕਲੀ ਗੱਲ ਤਾਂ ਹੀ ਸਮਝ ਆ ਸਕਦੀ ਹੈ ਜਦੋਂ ਓਪਰੇਸ਼ਨ ਖਤਮ ਹੋਵੇ ਕਿ ਕੀ ਕਾਰਨ ਹੈ ਉਹਨਾਂ ਨੇ ਜਿਹੜਾ ਕੋਈ ਵੱਡਾ ਸਟੈਪ ਲੈਣ ਤੋਂ ਗਰੇਜ਼ ਕੀਤਾ ਹੈ। ਉਹਨਾਂ ਦੇ ਆਪਣੇ ਲਿਮਿਟੇਸ਼ਨਸ ਹੋ ਸਕਦੀ, ਸੈਂਸਿਟਿਵ ਏਰੀਆ ਹੁੰਦੇ ਆਰਮੀ ਏਰੀਆ ਦੇ ਵਿੱਚ ਕਿੱਥੇ ਉਹਨਾਂ ਦੀ ਕੀ ਚੀਜ਼ ਪਈ ਹੈ ਇਹ ਬੈਟਰ ਉਹਨਾਂ ਨੂੰ ਪਤਾ ਹੁੰਦਾ। ਇਸ ਕਰਕੇ ਸਾਨੂੰ ਵੇਟ ਕਰਨੀ ਚਾਹੀਦੀ ਹੈ।